ਸਵੇਰੇ ਦੇਖਿਆ ਤੁਹਾਡੇ ਸੱਟਾਂ ਵੀ ਕਈ ਥਾਵਾਂ 'ਤੇ ਲੱਗੀਆਂ, ਇਸ ਵੇਲੇ ਕਿਵੇਂ ਹੋ? ਮੈਂ ਠੀਕ ਹੈ ਜੀ। ਮੇਰੇ ਚੁਟਲੇ ਤੁਹਾਨੂੰ ਪਤਾ ਪੁਲਿਸ ਨੂੰ ਉਹਨਾਂ ਦੇ ਅਕਾਵਾਂ ਤੋਂ ਆਦੇਸ਼ ਆਏ ਹੁੰਦੇ ਆ ਤਾਂ ਉਹਨੇ ਆਪਣੀ ਡਿਊਟੀ ਦਾ ਪਾਲਣ ਕਰਨਾ ਹੁੰਦਾ। ਇਹ ਸਾਜਿਸ਼ ਜਿਹੜੀ ਹੈ ਇਸ ਲਈ ਹੈ ਕਿ ਅਰਵਿੰਦ ਕੇਜਰੀਵਾਲ ਤੋਂ BJP ਨੂੰ ਖਤਰਾ ਹੈ। ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਲੀਕਰ ਸਕੈਮ ਨਹੀਂ ਹੈ, ਕੋਈ ਸ਼ਰਾਬ ਘੁਟਾਲਾ ਨਹੀਂ ਹੈ। ਇੱਕ ਪਾਸੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਅਤੇ ਸਾਰੀ ਪਾਰਟੀ ਤੁਸੀਂ ਅਸੀਂ ਸਾਨੂੰ ਤੁਸੀਂ ਜਿਵੇਂ ਦੇਖੋ ਕਾਂਗਰਸ ਦੇ ਬੈਂਕ ਖਾਤੇ ਸੀਲ ਕਰਤੇ, ਤੁਸੀਂ ਪਿਛਲੇ ਇੱਕ ਮਹੀਨੇ ਦੇ ਵਿੱਚ ਦੂਜੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੈ। ਇਹ ਸਾਫ਼ ਦਸਾਉਂਦਾ ਕਿ ਤਾਨਾਸ਼ਾਹੀ ਦੇ ਨਾਲ ਜਿਹੜਾ ਹੈ ਸਿੰਗਲ ਭੱਜ ਕੇ ਹੀ ਰੇਸ ਜਿੱਤਣਾ ਚਾਹੁੰਦੇ ਨੇ। ਕਿ ਜਾਖੜ ਸਾਹਿਬ ਇਹ ਕਹਿ ਰਿਹਾ ਕਿ ਜਿਵੇਂ ਹੁਣ ਅਸੀਂ ਦਿੱਲੀ 'ਚ ਧੱਕਾ ਕੀਤਾ, ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਪਾਇਆ, ਸਤਿੰਦਰ ਜੈਨ ਜੀ ਨੂੰ ਜੇਲ੍ਹ 'ਚ ਪਾਇਆ, ਮਨੀਸ਼ ਸਿਸੋਦੀਆ ਜੀ ਨੂੰ ਜੇਲ੍ਹ 'ਚ ਪਾਇਆ, ਵਿਜੇ ਨਾਇਰ, ਹੁਣੇ ਪੰਜਾਬ ਸ਼ੁਰੂ ਕਰਾਂਗੇ। ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪ੍ਰਦਰਸ਼ਨ ਕਰਨ ਨੂੰ ਦੇਖਣ ਨੂੰ ਮਿਲੇ, ਔਰ ਹੁਣ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਗੋਪਾਲ ਰਾਏ ਦੇ ਘਰ ਹੋਈ ਹੈ, ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੀ ਕਈ ਕੈਬਨਿਟ ਮੰਤਰੀ ਮੌਜੂਦ ਰਹੇ, ਕਈ ਸਾਰੇ ਵਿਧਾਇਕ ਅਤੇ ਕਈ ਸਾਰੇ ਮੰਤਰੀ ਹੁਣ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ। ਮੇਰੇ ਨਾਲ ਹਰਜੋਤ ਸਿੰਘ ਨੇ ਬੈਂਸ ਨੇ ਬੈਂਸ ਸਾਹਿਬ, ਸਵੇਰੇ ਦੇਖਿਆ ਤੁਹਾਡੇ ਸੱਟਾਂ ਵੀ ਕਈ ਥਾਵਾਂ 'ਤੇ ਲੱਗੀਆਂ, ਇਸ ਵੇਲੇ ਕਿਵੇਂ ਹੋ? ਮੈਂ ਠੀਕ ਹੈ ਜੀ। ਮੇਰੇ ਚੁਗਲੇ ਤੁਹਾਨੂੰ ਪਤਾ ਪੁਲਿਸ ਨੂੰ ਉਹਨਾਂ ਦੇ ਅਕਾਵਾਂ ਤੋਂ ਆਦੇਸ਼ ਆਏ ਹੁੰਦੇ ਆ ਤਾਂ ਉਹਨੇ ਆਪਣੀ ਡਿਊਟੀ ਦਾ ਪਾਲਣ ਕਰਨਾ ਹੁੰਦਾ। ਤਾਂ ਜਦੋਂ ਬੱਸ ਦੇ ਵਿੱਚ ਧੱਕੇ 'ਚ ਪਾ ਰਹੇ ਸੀ ਤਾਂ ਸਿਰ ਦੇ ਵਿੱਚ ਲੋਹਾ ਵੱਜਿਆ, ਬਾਅਦ 'ਚ ਸਕੈਨ ਵੀ ਕਰਾਵਾਂਗੇ। ਪਰ ਸਵਾਲ ਟੰਕਾ ਤਾਂ ਨਹੀਂ ਲੱਗਾ, ਖੂਨ ਤਾਂ ਨਹੀਂ ਨਿਕਲਿਆ, ਸਿਰ 'ਤੇ ਸੱਟ ਲੱਗੀ, ਕੰਕਸ਼ਨ ਹੈ ਅਤੇ ਚੈੱਕ ਕਰਾਵਾਂਗੇ ਇਸ ਤੋਂ ਬਾਅਦ, ਹਲਕਾ ਹਲਕਾ ਦਰਦ ਹੈ। ਪਰ ਜਿਹੜਾ ਵੱਡਾ ਸਵਾਲ ਇਹ ਹੈ ਪੰਕਜ ਕਿ ਅਸੀਂ, ਨਮਸਤੇ ਜੀ, ਅਸੀਂ 2011 ਤੋਂ ਅਰਵਿੰਦ ਕੇਜਰੀਵਾਲ ਜੀ ਦੇ ਸਾਥੀ ਹਾਂ। ਇਹ ਮੈਨੂੰ ਯਾਦ ਹੈ ਮੇਰੇ ਇਹ ਦਿੱਲੀ ਦੀ ਇਹਨਾਂ ਸੜਕਾਂ ਤੋਂ ਹੀ, ਜੰਤਰ ਮੰਤਰ ਰਾਮਲੀਲਾ ਗਰਾਊਂਡ ਤੋਂ ਹੀ ਸਾਡਾ ਆਗਾਜ਼ ਹੋਇਆ ਸੀ। ਉਦੋਂ ਵੀ ਬਹੁਤ ਧੱਕੇਸ਼ਾਹੀ ਸੀ ਅਤੇ ਇੱਕ ਸ਼ਖਸ ਨੇ ਇੱਕ ਪਾਰਟੀ ਬਣਾਈ, ਉਹ ਪਾਰਟੀ ਦੀ ਸਰਕਾਰਾਂ 2 ਸੂਬਿਆਂ 'ਚ ਹੈ। ਦਿੱਲੀ ਦੇ ਵਿੱਚ 3 ਵਾਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣੇ। ਦਿੱਲੀ ਦੇ ਅੱਜ ਸਕੂਲ ਜਿਹੜੇ ਹੈ ਉਹ ਸ਼ਾਨਦਾਰ ਹੋਏ ਨੇ, ਦਿੱਲੀ ਦੇ ਮੁਹੱਲਾ ਕਲੀਨਿਕ ਸ਼ਾਨਦਾਰ ਹੋਏ ਨੇ, ਦਿੱਲੀ ਦੀ ਸੜਕਾਂ ਦੇਖੋ। ਇਹ ਜਿਹੜਾ ਅੱਜ ਹਰ ਦਿੱਲੀ ਵਾਸ ਇਹ ਉਸੇ ਬੇਸਿਸ 'ਤੇ ਅਸੀਂ ਪੰਜਾਬ 'ਚ ਆਏ, ਇੱਕ ਬਹੁਤ ਵੱਡਾ ਧੱਕਾ ਜਿਹੜਾ ਇਹ ਹੈ। ਅਤੇ ਇਹ ਸਾਜਿਸ਼ ਜਿਹੜੀ ਹੈ ਇਸ ਲਈ ਹੈ ਕਿ ਅਰਵਿੰਦ ਕੇਜਰੀਵਾਲ ਤੋਂ BJP ਨੂੰ ਖਤਰਾ ਹੈ। ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਲੀਕਰ ਸਕੈਮ ਨਹੀਂ ਹੈ, ਕੋਈ ਸ਼ਰਾਬ ਘੁਟਾਲਾ ਨਹੀਂ ਹੈ। ਦਿੱਕਤ ਇਹ ਹੈ, ਤਕਲੀਫ ਇਹ ਹੈ ਕਿ ਇੱਕ ਚੌਥੀ ਫੇਲ ਰਾਜੇ ਨੂੰ ਕਿਹਾ ਸੀ ਤੁਸੀਂ ਚੌਥੀ ਫੇਲ ਰਾਜਾ ਹੋ, ਅਸਲੀ ਤਕਲੀਫ ਇਹ ਹੈ। ਇਸ ਕਰਕੇ ਹੀ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ, ਅੱਜ ਵੀ ਹੁਣ ਵੀ ਇਸ ਵਕਤ ਵੀ ਮੈਂ ਦੇਖ ਰਿਹਾ ਸੀ, ਮੈਂ ਖੁਦ ਵਕਾਲਤ ਵੀ ਕੀਤੀ ਹੈ, ਉੱਥੇ ਵੀ ਕੋਰਟ ਦੇ ਵਿੱਚ ਉਹ ਇੱਕ ਵੀ ਪਰੂਫ, 1 ਰੁਪਏ ਦਾ ਵੀ ਪਰੂਫ ਜਿਹੜਾ ਹੈ ਉਹ ਦੇ ਨਹੀਂ ਪਾਏ ਹਜੇ ਤੱਕ ਵੀ। ਲੇਕਿਨ ਉਹਨਾਂ ਨੇ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਨੇੜੇ ਵਿਜੇ ਨਾਇਰ ਰਹਿੰਦਾ ਸੀ, ਲਿਕਰ ਪੋਲਸੀ ਨਾਲ ਉਹਨਾਂ ਨੇ ਕਨੈਕਟ ਕੀਤਾ, 300 ਕਰੋੜ ਰੁਪਏ ਦਾ ਜ਼ਿਕਰ ED ਦੇ ਵੱਲੋਂ ਕੀਤਾ ਗਿਆ। ਮੇਰੇ ਦੋਸਤ ਇੱਕ ਸਾਥੀ ਵੱਲੋਂ, ਵਿਜੇ ਨਾਇਰ ਕੀ ਹੁੰਦਾ, ਉਹ ਪਾਰਟੀ ਦਾ ਵਰਕਰ ਹੈ, ਆਹ ਸਾਰੇ ਜੋ ਦਿੱਲੀ ਦੇ ਮੰਤਰੀਆਂ ਦੇ ਘਰ ਹੈ, ਇੱਥੇ ਅਸੀਂ ਵੀ, ਮੈਂ ਵੀ ਰਹਿੰਦੇ ਨੇ, ਪੰਜਾਬ ਦੇ ਬਹੁਤ ਸਾਰੇ ਸਾਥੀ ਰਹਿੰਦੇ ਨੇ ਅਸੀਂ, ਕੀ ਇਹ ਰਹਿਣਾ ਦਿਸ ਮੇਕਸ ਯੂ, ਇਹ ਕਿਸੇ ਨੂੰ ਉਹ ਬਣਾ ਦਿੰਦਾ, ਕੀ ਪਰੂਫ ਹੋ ਗਿਆ ਕਿ ਵਿਜੇ ਨਾਇਰ ਜਿਹੜਾ ਹੈ ਉਹ ਕੋਈ ਟੈਰਰਿਸਟ ਹੈ? ਨਹੀਂ, ਉਹਨਾਂ ਨੂੰ ਵੀ 1.5 ਸਾਲ ਤੁਸੀਂ ਜੇਲ੍ਹ 'ਚ ਰੱਖਿਆ, ਯੂ ਕੁਡ ਨਾਟ ਪਰੂਵ ਐਨੀ ਸਿੰਗਲ ਪੀਸ ਆਫ ਐਵੀਡੈਂਸ ਅਗੇਂਸਟ ਹਿਮ, ਦੈਟ ਮੇਕਸ ਹਿਮ, ਦੈਟ ਤੁਸੀਂ ਕਿੱਦਾਂ ਦਾ ਕਿਸੇ ਨੂੰ ਵੀ ਕਰ ਲਉਂਗੇ।
ਜਿਹੜੀ ਟ੍ਰਾਂਜੈਕਸ਼ਨ ਔਨ ਪੇਪਰ ਇਲੈਕਟੋਰਲ ਬੌਂਡ ਦੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਹੈ। ਉਹ ਸਾਫ ਦੱਸਿਆ ਗਿਆ ਕਿਵੇਂ ਗੇਮਿੰਗ ਕੰਪਨੀਜ਼, ਕਿਵੇਂ ਸੱਟੇ ਵਾਲੀ ਕੰਪਨੀਜ਼, ਕਿਵੇਂ ਇਸ ਕੇਸ ਦੇ ਵਿੱਚ ਵੀ ਜਦੋਂ ਅਪਰੂਵਰ ਬਣ ਜਾਂਦਾ ਦੋਸ਼ੀ ਤਾਂ ਉਸ ਤੋਂ 5 ਦਿਨਾਂ ਬਾਅਦ ਉਹ ਜਾ ਕੇ ਇਲੈਕਟੋਰਲ ਬੌਂਡ ਦੇ ਦਿੰਦੇ। ਤੁਸੀਂ ਅੱਜ ਹਾਈ ਲੈਵਲ ਮੀਟਿੰਗ ਕੀਤੀ ਹੁਣ ਗੋਪਾਲ ਰਾਏ ਹੋਰਾਂ ਦੇ ਘਰ, ਮੁੱਖ ਮੰਤਰੀ ਦੇ ਘਰ ਪਰਿਵਾਰ ਨਾਲ ਮਿਲਣ ਜਾ ਰਹੇ ਹੋ, 5 ਵਜੇ ਇੰਡੀਆ ਅਲਾਇੰਸ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਮੁਲਾਕਾਤ ਕਰਨ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਕੈਂਪੇਨ ਤੋਂ ਰੋਕਿਆ ਜਾ ਰਿਹਾ, ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ? ਤੁਸੀਂ ਦੇਖੋ ਨਾ, ਅਸੀਂ ਸਾਰੇ ਅੱਜ ਸਾਡੇ ਸਾਰੇ ਦਿੱਲੀ ਦੇ ਵਿਧਾਇਕ ਸਾਹਿਬਾਨ, ਦਿੱਲੀ ਦੇ ਮੰਤਰੀ ਸਾਹਿਬਾਨ, ਦਿੱਲੀ ਦੇ ਕੌਂਸਲਰ ਸਾਹਿਬਾਨ, ਇੱਧਰ ਪੰਜਾਬ 'ਚ ਇੱਕ ਪਾਸੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਅਤੇ ਸਾਰੀ ਪਾਰਟੀ ਤੁਸੀਂ ਅਸੀਂ ਸਾਨੂੰ ਤੁਸੀਂ ਜਿਵੇਂ ਦੇਖੋ ਕਾਂਗਰਸ ਦੇ ਬੈਂਕ ਖਾਤੇ ਸੀਲ ਕਰਤੇ, ਤੁਸੀਂ ਪਿਛਲੇ 1 ਮਹੀਨੇ ਦੇ ਵਿੱਚ ਦੂਜੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੈ, ਇਹ ਸਾਫ਼ ਦਸਾਉਂਦਾ ਕਿ ਤਾਨਾਸ਼ਾਹੀ ਦੇ ਨਾਲ ਜਿਹੜਾ ਹੈ ਸਿੰਗਲ ਭੱਜ ਕੇ ਹੀ ਰੇਸ ਜਿੱਤਣਾ ਚਾਹੁੰਦੇ ਨੇ। ਪਰ ਕਈ ਵਾਰੀ ਮੈਂ ਹਮੇਸ਼ਾ ਸੋਚਦਾ ਹੁੰਦਾ ਕਿ ਜਦੋਂ ਤੁਸੀਂ ਨਾ ਆਪਣੇ ਪੈਰ ਤੇ ਆਪ ਹੀ ਕੁਲਹਾੜੀ ਮਾਰੋ, ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਇਹ ਗ੍ਰਿਫਤਾਰੀ ਇੱਕ ਬਹੁਤ ਵੱਡੀ ਬੇਵਕੂਫੀ ਸਾਬਿਤ ਹੋਗੀ ਬੀਜੇਪੀ ਦੇ ਲਈ, ਤੇ ਖੁਦ ਜਿਹੜਾ ਹੈ ਉਹਨਾਂ ਨੂੰ ਇਹ ਮਹਿਸੂਸ ਹੋਗਾ। ਅੱਜ ਪੂਰੇ ਦੇਸ਼ ਦੇ ਵਿੱਚ ਤੁਸੀਂ ਜਿਸ ਤਰੀਕੇ ਚਾਹੇ ਮੀਡੀਆ ਹੋਵੇ, ਇੰਟਰਨੈਸ਼ਨਲ ਮੀਡੀਆ ਹੋਵੇ, ਤੁਸੀਂ ਜਿਹੜਾ ਹੈ ਹਰ ਸ਼ਖਸ ਜਿਹੜਾ ਹੈ ਉਹ ਭਾਜਪਾ ਦੇ ਵੱਲੋਂ ਇਹ ਕਿਹਾ ਜਾ ਰਿਹਾ, ਸੁਨੀਲ ਜਾਖੜ ਵੱਲੋਂ ਇਹ ਕਿਹਾ ਜਾ ਰਿਹਾ, ਕਹਿੰਦੇ ਜਿਹੜੀ ਲਿਕਰ ਪੋਲਿਸੀ ਦਿੱਲੀ ਚ ਲਿਆਂਦਾ ਇਹ ਘੁਟਾਲੇ ਦਾ ਜ਼ਿਕਰ ਹੁੰਦਾ ਉਹ ਪੰਜਾਬ ਚ ਵੀ ਲਿਆਂਦੀ ਗਈ, ਕੱਲ ਕਹਿੰਦੇ ਰਾਜਪਾਲ ਨੂੰ ਮਿਲਾਂਗੇ ਪੰਜਾਬ ਦੇ ਵਿੱਚ ਵੀ ਇਸ ਦੀ ਜਾਂਚ ਜਿਹੜੀ ਉਹ ਕਰਵਾਵਾਂਗੇ। ਸਰ ਮੈਂ ਤੁਹਾਨੂੰ ਦੱਸ ਦਿਆਂ ਪੰਕਜ, ਤੁਸੀਂ ਆਪ ਔਨ ਡਾਕੂਮੈਂਟ, ਔਨ ਡਾਕੂਮੈਂਟ ਹੈ ਸੁਨੀਲ ਜਾਖੜ ਜੀ ਨੂੰ ਮੈਂ ਬੜੇ ਸਤਿਕਾਰਯੋਗ ਨੇ ਬਣੇ, ਮੈਂ ਉਹਨੂੰ ਯਾਦ ਕਰਾਉਣਾ ਚਾਹੂੰਗਾ ਕਿ 2022 ਤੱਕ ਪਿਛਲੇ 5 ਸਾਲ ਜਿਸ ਪਾਰਟੀ ਦੀ ਸਰਕਾਰ ਸੀ ਤੁਸੀਂ ਉਹਦੇ ਪ੍ਰਧਾਨ ਸੀ, ਤੁਹਾਡੀ ਪਾਰਟੀ ਵੱਲੋਂ, ਤੁਹਾਡੀ ਸਰਕਾਰ ਵੱਲੋਂ ਜਿਹੜੀ ਐਕਸਾਈਜ਼ ਪਾਲਿਸੀ ਬਣਾਈ ਗਈ ਸੀ ਉਸ ਤੋਂ ਅਸੀਂ 1.5 ਪ੍ਰੋਫਿਟ ਪੰਜਾਬ ਦਾ ਰੈਵੇਨਿਊ 6,000 ਕਰੋੜ ਤੋਂ 10,000+ ਕਰੋੜ ਲੈ ਕੇ ਆਏ ਹਾਂ, 4,000 ਕਰੋੜ ਦਾ ਵਾਧਾ ਹੈ। ਉਸ 4,000 ਕਰੋੜ ਦੇ ਨਾਲ ਪੰਜਾਬ 'ਚ ਜਿਹੜਾ ਹੈ ਅੱਜ ਸਰਕਾਰੀ ਸਕੂਲ, ਸੜਕਾਂ, ਹਸਪਤਾਲ ਉਹ ਵਿਕਾਸ ਹੋ ਰਿਹਾ। ਅਗਰ ਉਹ ਕੱਲ ਗਵਰਨਰ ਨੂੰ ਮਿਲ ਕੇ ਮੁਲਾਕਾਤ ਕਰਦੇ ਔਰ ਕਹਿੰਦੇ ਕਿ ਜਾਂਚ ਹੋਵੇ, ਜਾਂਚ ਲਈ ਪੰਜਾਬ ਸਰਕਾਰ ਪੰਜਾਬ ਦੀ ਐਕਸਾਈਜ਼ ਪਾਲਿਸੀ ਲਈ ਤਿਆਰ ਹੈ, ਕੀ ਹੈ ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਹੈ ਕਿ ਜਾਖੜ ਸਾਹਿਬ ਇਹ ਕਹਿ ਰਿਹਾ ਕਿ ਜਿਵੇਂ ਹੁਣ ਅਸੀਂ ਦਿੱਲੀ 'ਚ ਧੱਕਾ ਕੀਤਾ, ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਪਾਇਆ, ਸਤਿੰਦਰ ਜੈਨ ਜੀ ਨੂੰ ਜੇਲ੍ਹ 'ਚ ਪਾਇਆ, ਮਨੀਸ਼ ਸਿਸੋਦੀਆ ਜੀ ਨੂੰ ਜੇਲ੍ਹ 'ਚ ਪਾਇਆ, ਵਿਜੇ ਨਾਇਰ, ਹੁਣ ਇਹ ਪੰਜਾਬ 'ਚ ਸ਼ੁਰੂ ਕਰਾਂਗੇ ਪੰਜਾਬੀ 'ਚ ਭਾਵ ਇਹਦਾ ਇਹ ਹੈ, ਕਿਉਂਕਿ ਏਦਾਂ ਦੀ ਕਿਹੜੀ ਤਿਆਰ ਹੈ ਜੀ? ਅਸੀਂ ਤਿਆਰ ਹੈ, ਬੀਜੇਪੀ ਨੇ ਧੱਕੇਸ਼ਾਹੀ ਕਰਨੀ ਹੈ, ਅਸੀਂ ਤਿਆਰ ਹੈ। ਤੁਹਾਨੂੰ ਘੜੀਸਕਿਆ ਚ ਲਗਾਇਆ ਗਿਆ, ਤੁਹਾਨੂੰ ਬਾਹਾਂ ਲੱਤਾਂ ਤੋਂ ਖਿੱਚ ਕੇ ਜਿਹੜਾ ਲਜਾਇਆ ਗਿਆ, ਅਸੀਂ ਮੇਰੇ ਅਰਵਿੰਦ ਕੇਜਰੀਵਾਲ ਮੇਰੇ ਲੀਡਰ ਨੇ, ਠੀਕ ਹੈ ਨਾ। ਮੈਂ ਕੱਲ ਆਪਣੇ ਹਲਕੇ 'ਚ ਸੀਗਾ ਤੇ ਮੈਨੂੰ ਪਹਿਲਾਂ ਇਹ ਲੱਗਿਆ ਕਿ ਸ਼ਾਇਦ ਈਡੀ ਸੰਮਨ ਸਰਵ ਕਰਨ ਆਈ ਹੈ, ਕਿਉਂਕਿ ਏਦਾਂ ਕਦੇ ਹੋ ਨਹੀਂ ਸਕਦਾ। ਵੈਸੇ ਵੀ ਜਿਹੜੇ ਜਦੋਂ ਤੁਸੀਂ ਕਿਸੇ ਦੇ ਘਰ ਹੋ, ਰਾਤ ਪੈਣ 'ਤੇ ਤੁਸੀਂ ਕਿਸੇ ਦੇ ਘਰ ਨਹੀਂ ਜਾ ਸਕਦੇ, ਤਾਂ ਮੈਨੂੰ ਇਹ ਨਹੀਂ ਸੀ। ਪਰ ਜਿੱਦਾਂ ਹੀ ਮੈਨੂੰ ਪਤਾ ਲੱਗਿਆ, ਮੈਂ ਰਾਤੋਂ ਰਾਤ ਨਿਕਲਿਆ ਦਿੱਲੀ ਲਈ, ਅਤੇ ਅਸੀਂ ਤਾਂ ਜਿੱਥੇ ਵੀ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਪਰਿਵਾਰ ਨੂੰ ਵੀ ਮਿਲਾਂਗੇ, ਅਤੇ ਜੋ ਕੁਛ ਵੀ ਜੋ ਸੰਭਵ ਕਰਨਾ ਪਿਆ ਉਹ ਅੱਜ ਜਿਸ ਮੁਕਾਮ 'ਤੇ ਉਹਨਾਂ ਕਰਕੇ ਹੈ। ਮੀਟਿੰਗ 'ਚ ਕੀ ਤੈਅ ਹੋਇਆ ਜਿਹੜੀ ਇੱਕ ਹਾਈ ਲੈਵਲ ਮੀਟਿੰਗ ਹੋਈ? ਮੀਟਿੰਗ ਦੇ ਵਿੱਚ ਇਹ ਹੈ ਜੀ ਕਿ ਅਸੀਂ ਸਾਡੇ ਜਿਹੜੇ ਲੀਡਰ ਹੈ ਇਸ ਵਕਤ ਉਹਨਾਂ ਦੇ ਉੱਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੰਨਾ ਵੱਡਾ ਧੱਕਾਸ਼ਾਹੀ ਹੋਈ, ਅਤੇ ਹਰ ਇੱਕ ਪਾਰਟੀ ਵਰਕਰ ਦੇ ਵਿੱਚ ਆਕਰੋਸ਼ ਹੈ।